ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ ਸਤਿ ਵਿੱਚ ਤੁਹਾਨੂੰ ਸਾਰਿਆਂ ਨੂੰ ਲੱਗੀ ਜੀ ਆਇਆਂ ਮੈਂ ਅਰਸ਼ੰਦਰ ਪਾਲਕੌਰ ਅੱਜ ਤੁਹਾਡੇ ਲਈ ਪਾਠ ਨੰਬਰ 24 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਾਡਾ ਅੱਜ ਦਾ ਪਾਠ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਪੰਡ ਅਸੀਂ ਇਸ ਤੋਂ ਪਹਿਲਾਂ ਜਿਹੜਾ ਪਾਠ ਨੰਬਰ 23 ਸੀ ਉਹ ਅਸੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਿਆ ਸੀ ਜਿੱਦੇ ਵਿੱਚ ਅਸੀਂ ਦੇਖਿਆ ਸੀ ਕਿ ਮਹਾਰਾਜਾ ਕਿਸ ਤਰ੍ਹਾਂ ਮਹਾਰਾਜਾ ਬਣੇ ਕਿੰਨੇ ਬਹਾਦਰ ਕਿੰਨੇ ਗੁਰੂ ਘਰ ਦੇ ਪਿਆਰੇ ਮਹਾਰਾਜਾ ਰਣਜੀਤ ਸਿੰਘ ਹਨ ਸੋ ਅਸੀਂ ਉਹਨਾਂ ਬਾਰੇ ਜਾਣਿਆ ਸੀ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਹੋਰ ਘਟਨਾ ਜਿਹੜੀ ਕਿ ਦੱਸਦੀ ਹੈ ਕਿ ਮਹਾਰਾਜਾ ਕਿਸ ਤਰ੍ਹਾਂ ਦੇ ਮਹਾਰਾਜਾ ਸਨ ਆਪਣੇ ਲੋਕਾਂ ਦਾ ਕਿੰਨਾ ਖਿਆਲ ਕਰਦੇ ਸਨ ਉਹ ਬਹੁਤ ਸੋਨਾ ਇਸ ਪਾਠ ਦੇ ਵਿੱਚ ਸਬਕ ਸਾਨੂੰ ਮਿਲਦਾ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਤੇ ਸਾਨੂੰ ਸਿੱਖਿਆ ਵੀ ਮਿਲਦੀ ਹੈ ਕੋਸ਼ਿਸ਼ ਕੇ ਸਾਨੂੰ ਕਿਸ ਤਰ੍ਹਾਂ ਦੇ ਬਣਨਾ ਚਾਹੀਦਾ ਹੈ ਭਾਵੇਂ ਅਸੀਂ ਕਿੰਨੇ ਵੱਡੇ ਰਤਬੇ ਤੇ ਕਿੰਨਾ ਵੱਡਾ ਸਾਡਾ ਸਟੇਟਸ ਹੋਵੇ ਸਾਨੂੰ ਕਿੰਨੇ ਚੰਗੇ ਬਣ ਕੇ ਰਹਿਣਾ ਚਾਹੀਦਾ ਹੈ ਸੋ ਅਸੀਂ ਪਾਰਟ ਸ਼ੁਰੂ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਰੀਬਾਂ ਨੂੰ ਖਾਣਾ ਮੁਫਤ ਮਿਲਦਾ ਸੀ ਇੱਕ ਕਹਾਣੀ ਚੱਲਦੀ ਹੈ ਕਿ ਮਹਾਰਾਜਾ ਮਹੀਨੇ ਵਿੱਚ ਇੱਕ ਵਾਰੀ ਖਜ਼ਾਨਾ ਖੋਲ ਦਿੰਦੇ ਸਨ ਖਜ਼ਾਨਾ ਜਿਹੜਾ ਟੈਂਸ਼ਨ ਮਹਾਰਾਜੇ ਦਾ ਸੀ ਸੋ ਉਹ ਖੋਲ ਦਿਆ ਕਰਦੇ ਸਨ ਖਜ਼ਾਨੇ ਵਿੱਚ ਕਣਕ ਮੱਕੀ ਬਾਜਰਾ ਤੇ ਹੋਰ ਕਈ ਤਰ੍ਹਾਂ ਦੇ ਦਾਣੇ ਸਨ ਹਰ ਕਿਸੇ ਨੂੰ ਖੁੱਲ ਸੀ ਉਹ ਜਿੰਨੇ ਵੀ ਦਾਣੇ ਚੁੱਕ ਸਕਣ ਲਿਜਾ ਸਕਦੇ ਸਨ ਖੁੱਲ ਸੀ ਇੱਕ ਤਰ੍ਹਾਂ ਦਾ ਨਾ ਖੋਲਣਾ ਕੋਈ ਚੀਜ਼ ਨੂੰ ਇੱਕ ਹੁੰਦੀ ਫ੍ਰੀडम ਜਾਂ ਲਿਬਰਟੀ ਕਿ ਯੂ ਆਰ ਅਲਾਉਡ ਟੂ ਟੇਕ ਦਿਸ ਐਸ ਮੱਚ ਐਜ਼ ਯੂ ਕੈਨ ਕੈਰੀ ਹੈ ਨਾ ਸੋ ਇਸ ਤਰ੍ਹਾਂ ਦੀ ਖੁੱਲ ਮਹਾਰਾਜਾ ਸਹਿਨੇ ਦਿੱਤੀ ਹੋਈ ਸੀ ਆਪਣੇ ਲੋਕਾਂ ਨੂੰ ਕਿ ਜਿੰਨੇ ਵੀ ਕੋਈ ਦਾਣੇ ਚੁੱਕ ਸਕਦਾ ਹੈ ਲਿਜਾ ਸਕਦਾ ਹੈ ਲੋਕ ਆਉਂਦੇ ਪੰਡਾ ਭਰ ਕੇ ਸਿਰ ਤੇ ਰੱਖਦੇ ਤੇ ਘਰ ਚਲੇ ਜਾਂਦੇ ਪੰਡ ਕੀ ਹੁੰਦੀ ਹੈ ਸੈਕ ਬਿਗ ਸੈਕ ਹੈ ਨਾ ਸੋ ਜਿਹੜਾ ਜਿਹਦੇ ਵਿੱਚ ਦਾਣੇ ਭਰ ਕੇ ਉਹ ਲੈ ਕੇ ਜਾਂਦੇ ਸੀ ਘਰ ਨੂੰ ਇੱਕ ਵਾਰ ਇੱਕ ਗਰੀਬ ਬੁੱਢਾ ਬਾਬਾ ਆਇਆ ਗਰੀਬ who was very poor ਤੇ 올ਡ ਬਜ਼ੁਰਗ ਬਾਬਾ ਆਇਆ ਉਸਦੇ ਨਾਲ ਇੱਕ ਛੋਟਾ ਬੱਚਾ ਵੀ ਸੀ ਉਸਨੇ ਕਣਕ ਦੀ ਵੱਡੀ ਸਾਰੀ ਪੰਡ ਬਨ ਲਈ ਕਣਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀਟ ਜਿਹਦੀ ਅਸੀਂ ਰੋਟੀ ਖਾਂਦੇ ਆ ਰਾਈਟ ਸੋ ਅੰਮ ਪੰਡ ਬਨ ਲਈ ਪਰ ਪੰਡ ਉਸ ਤੋਂ ਚੁੱਕੀ ਨਾ ਜਾਵੇ ਬੱਚਾ ਤੇ ਬੁੱਢਾ ਪੰਡ ਤੇ ਬੈਠ ਕੇ ਕੀ ਕਰਨ ਉਹਨਾਂ ਤੋਂ ਵਿਚਾਰਿਆਂ ਤੋਂ ਚੁੱਕੀ ਨਹੀਂ ਜਾਂਦੀ ਸੀ ਤੇ ਉਹ ਕੀ ਕਰਨ ਹੈਨਾ ਸੋਚ ਰਿਹਾ ਸੀ ਬੈਠੇ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਇੱਕ ਚਾਦਰ ਵਿੱਚ ਲਪੇਟ ਕੇ ਖਜ਼ਾਨੇ ਵਿੱਚ ਆ ਗਏ ਚਾਦਰ ਵਿੱਚ ਲਪੇਟਿਆ ਕਿਉਂ ਉਹਨਾਂ ਨੇ ਉਹ ਥੋੜਾ ਜਿਹਾ ਆਪਣੇ ਆਪ ਨੂੰ ਡਿਸਗਾਇਸ ਕਰਕੇ ਕਰਕੇ ਰੱਖਦੇ ਸੀਗੇ ਜਦੋਂ ਆਪਣੇ ਲੋਕਾਂ ਵਿੱਚ ਜਾਂਦੇ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੌਣ ਹਨ ਤੇ ਉਹ ਦੇਖਣਾ ਚਾਹੁੰਦੇ ਹੁੰਦੇ ਸੀ ਮਹਾਰਾਜਾ ਕਿ ਲੋਕਾਂ ਦਾ ਕੀ ਹਾਲ ਹੈ ਸਭ ਨੂੰ ਖਾਣ ਲਈ ਦਾਣੇ ਮਿਲ ਰਹੇ ਹਨ ਜਾਂ ਨਹੀਂ ਇਸ ਤਰ੍ਹਾਂ ਉਹ ਆਪਣੇ ਜਿਹੜਾ ਆਪਣਾ ਪ੍ਰਬੰਧ ਸੀ ਜੋ ਉਹਨਾਂ ਦੇ ਰਾਜ ਦਾ ਉਹਦੇ ਵਿੱਚ ਦੇਖਦੇ ਸਨ ਕਿ ਲੋਕ ਜਿਹੜੇ ਉਹਨਾਂ ਦੇ ਅਫੀਸ਼ੀਅਲਸ ਜਿਹੜੇ ਹੈਗੇ ਆ ਉਹ ਲੋਕਾਂ ਦਾ ਖਿਆਲ ਰੱਖਦੇ ਹਨ ਜਾਂ ਨਹੀਂ ਰੱਖਦੇ ਹਨ ਇਹ ਰਾਜਾ ਮਹਾਰਾਜਾ ਇਸ ਤਰ੍ਹਾਂ ਕਰਕੇ ਥੋੜਾ ਪੇਸ ਬਦਲ ਕੇ ਆਪਣਾ ਜਿਹੜਾ ਸੀਗਾ ਜਾਂਦੇ ਸੀਗੇ ਆਪਣੇ ਪਰਜ਼ਾ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਮਹਾਰਾਜੇ ਨੇ ਬਾਬੇ ਅਤੇ ਬੱਚੇ ਨੂੰ ਪੰਡ ਉੱਤੇ ਬੈਠਿਆਂ ਦੇਖਿਆ ਉਹਨਾਂ ਦੇ ਕੋਲ ਗਏ ਪੁੱਛਿਆ ਬਾਬਾ ਜੀ ਕੀ ਗੱਲ ਹੈ ਇੱਥੇ ਕਿਉਂ ਬੈਠੇ ਹੋ ਘਰ ਕਿਉਂ ਨਹੀਂ ਜਾ ਰਹੇ ਮਹਾਰਾਜਾ ਦੇ ਜਿਹੜੇ ਇਹ ਕਈ ਪ੍ਰਸ਼ਨਾਂ ਨੂੰ ਨਾ ਵਾਸਤੇ ਕਈ ਕੁਐਸਚਨ ਉਹਨਾਂ ਨੇ ਪੁੱਛੇ ਬਾਬੇ ਨੇ ਬਿਨ ਉੱਪਰ ਦੇਖਿਆ ਕਿਹਾ ਜਵਾਨਾ ਮੈਂ ਪੜ ਤਾਂ ਬੰਨ ਲਈ ਹੈ ਪਰ ਮੇਰੀਆਂ ਬਾਹਾਂ ਵਿੱਚ ਜ਼ੋਰ ਨਹੀਂ ਮੇਰਾ ਪੋਤਾ ਵੀ ਛੋਟਾ ਹੈ ਘਰ ਵਿੱਚ ਹੋਰ ਕੋਈ ਨਹੀਂ ਹੈ ਪੰਡ ਕਿਵੇਂ ਘਰ ਲੈ ਜਾਵਾਂ ਜਵਾਨਾ ਮੀਨਸ ਉਹ ਯੰਗ ਮੈਨ ਹੈ ਨਾ ਸੋ ਜਵਾਨ ਜਿਹੜਾ ਹੁੰਦਾ ਹੈ ਯੰਗ ਪਰਸਨ ਮੈਂ ਪੰਡਤਾ ਬਨ ਲਈਏ ਕਹਿੰਦੇ ਮੇਰੀਆਂ ਬਾਹਾਂ ਵਿੱਚ ਜ਼ੋਰ ਨਹੀਂ ਉਹ ਵਿਚਾਰਿਆਂ ਨੇ ਕਿਹਾ ਕਿ ਮੇਰਾ ਪੋਤਾ ਛੋਟਾ ਹੈ ਮੇਰੇ ਘਰ ਵਿੱਚ ਹੋਰ ਕੋਈ ਨਹੀਂ ਮੈਂ ਪੰਡ ਕਿਸ ਤਰ੍ਹਾਂ ਲੈ ਕੇ ਜਾਵਾਂ ਉਹਨਾਂ ਨੇ ਆਪਣੀ ਬੇਵਸੀ ਆਪਣੀ ਮਜਬੂਰੀ ਜਿਹੜੀ ਮਹਾਰਾਜਾ ਨੂੰ ਦੱਸੀ ਜਿਹੜਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮਹਾਰਾਜਾ ਹਨ ਜਾਂ ਕੌਣ ਹਨ ਹੈ ਨਾ ਬਾਬਾ ਜੀ ਚਲੋ ਮੈਂ ਛੱਡ ਆਉਂਦਾ ਹਾਂ ਇੱਕ ਕਹਿ ਕੇ ਮਹਾਰਾਜੇ ਨੇ ਦਾਣਿਆ ਦੀ ਪੰਡ ਸਿਰ ਤੇ ਚੁੱਕੀ ਅਤੇ ਬਾਬੇ ਦੇ ਘਰ ਛੱਡਣ ਲਈ ਤੁਰ ਪਏ ਘਰ ਪਹੁੰਚ ਕੇ ਮਹਾਰਾਜੇ ਨੇ ਪੰਡ ਥੱਲੇ ਰੱਖੀ ਬਾਬੇ ਨੇ ਉਹਨਾਂ ਨੂੰ ਬਹੁਤ ਅਸੀਸਾਂ ਦਿੱਤੀਆਂ ਅਸੀਸਾਂ ਯੂ نو ਬਲੇਸਿੰਗਸ ਹਨਾ ਅਸੀਸਾਂ ਦਿੱਤੀਆਂ ਜਵਾਨਾ ਤੇ ਰੱਬ ਤੇਰਾ ਭਲਾ ਕਰੇ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤੇ ਕੋਈ ਹਮੇਸ਼ਾ ਤੁਹਾਡੇ ਲਈ ਆਪਣੀਆਂ ਬਲੇਸਿੰਗਸ ਦਿੰਦਾ ਹੈ ਤੇ ਤੁਹਾਨੂੰ ਹਮੇਸ਼ਾ ਇਹ ਕਹਿੰਦਾ ਕਿ ਰੱਬ ਤੁਹਾਡਾ ਪਲਾ ਕਰੇ ਰੱਬ ਤੇਰਾ ਪਲਾ ਕਰੇ ਵਾਹਿਗੁਰੂ ਤੁਹਾਨੂੰ ਤੁਹਾਡੇ ਤੇ ਬਖਸ਼ਿਸ਼ ਕਰੇ ਖੁਸ਼ੀਆਂ ਬਖਸ਼ੇ ਤੈਨੂੰ ਕਦੀ ਕੋਈ ਦੁੱਖ ਨਾ ਆਵੇ ਹੈ ਨਾ ਸੋ ਇਹ ਸਾਰੀਆਂ ਬਲੇਸਿੰਗਸ ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿੱਤੀਆਂ ਕਾਤਾ ਤੇਰਾ ਨਾਂ ਕੀ ਹੈ ਬਾਬੇ ਨੇ ਪੁੱਛਿਆ ਕਿਉਂਕਿ ਬਾਬਾ ਜੀ ਨੂੰ ਨਹੀਂ ਪਤਾ ਸੀ ਬਾਬਾ ਜੀ ਮੇਰਾ ਨਾਂ ਰਣਜੀਤ ਸਿੰਘ ਹੈ ਮਹਾਰਾਜੇ ਨੇ ਜਵਾਬ ਦਿੱਤਾ ਓਏ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜ ਜੀ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮaaf ਕਰ ਦਿਓ ਬਾਬਾ ਘਬਰਾ ਗਿਆ ਉਹ ਡਰ ਗਿਆ ਸੋ ਉਹਨਾਂ ਦੇ ਬਾਬਾ ਜੀ ਦੇ ਇਕਦਮ ਉਹ ਹੈਰਾਨ ਹੋ ਗਏ ਉਹਨਾਂ ਵਾਸਤੇ ਬਹੁਤ ਵੱਡੀ ਇਹ ਜਿਹੜੀ ਹੈਰਾਨੀ ਵਾਲੀ ਗੱਲ ਸੀ ਤੇ ਨਾਲ ਹੀ ਉਹਨਾਂ ਨੂੰ ਡਰ ਵੀ ਲੱਗਿਆ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੈ ਉਹ ਮੇਰੇ ਲਈ ਪੰਡ ਚੁੱਕ ਕੇ ਲੈ ਕੇ ਆਏ ਉਹਨਾਂ ਨੇ ਸੋਚਿਆ ਕਿ ਮੇਰੇ ਕੋਲ ਬਹੁਤ ਵੱਡੀ ਭੁਲ ਹੋ ਗਈ ਮਿਸਟੇਕ ਹੋ ਗਈ ਮੇਰ ਤੋਂ ਗਲਤੀ ਹੋ ਗਈ ਉਹਨਾਂ ਨੇ ਮਾਫੀ ਮੰਗੀ ਮਹਾਰਾਜੇ ਤੋਂ ਹਨਾ ਸੋ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਪਿਆਰ ਨਾਲ ਫੜਿਆ ਤੇ ਕਿਹਾ ਬਾਬਾ ਜੀ ਮੈਂ ਗੁਰੂ ਦਾ ਸੇਵਾਦਾਰ ਹਾਂ ਉਸ ਨੇ ਮੈਨੂੰ ਸਭ ਦੀ ਸੇਵਾ ਲਈ ਰਾਜਾ ਬਣਾਇਆ ਹੈ ਮੈਂ ਇੱਕ ਚੰਗਾ ਰਾਜਾ ਤਾਂ ਹੀ ਹੋ ਸਕਦਾ ਹਾਂ ਜੇਕਰ ਮੈਂ ਸਭ ਦਾ ਖਿਆਲ ਰੱਖ ਸਕਾਂ ਜੇਕਰ ਸਭ ਮੈਨੂੰ ਸਭ ਮੇਰੇ ਕਮਨਾਲ ਖੁਸ਼ ਹੋਣ ਸੋ ਮਹਾਰਾਜੇ ਦਾ ਕਿੰਨਾ ਸੋਹਣਾ ਜਵਾਬ ਸੀ ਕਿ ਮੈਂ ਗੁਰੂ ਦਾ ਸੇਵਾਦਾਰ ਹਾਂ ਉਹ ਆਪਣੇ ਆਪ ਨੂੰ ਗੁਰੂ ਦਾ ਸੇਵਾਦਾਰ ਸਮਝ ਕੇ ਜਿਹੜੀ ਸਭ ਦੀ ਸੇਵਾ ਕਰਦੇ ਸਨ ਉਸਨੇ ਮੈਨੂੰ ਸਭ ਦੀ ਸੇਵਾ ਲਈ ਰਾਜਾ ਬਣਾਇਆ ਤੇ ਮਹਾਰਾਜਾ ਕਹਿੰਦੇ ਕਿ ਮੈਂ ਰਾਜਾ ਜਿਹੜੀ ਸੰਗਤ ਹੈ ਜਿਹੜੀ ਪਰਜਾ ਹੈ ਉਹਦੀ ਸੇਵਾ ਲਈ ਬਣਿਆ ਹਾਂ ਮੇਂ ਕਿੰਨਾ ਰੱਜਾ ਤਾਈ ਹੋ ਸਕਦਾ ਜੇ ਮੈਂ ਸਭ ਦਾ ਖਿਆਲ ਰੱਖ ਸਕਾਂ ਜੇ ਸਾਰੇ ਮੇਰੇ ਕੰਮ ਨਾਲ ਖੁਸ਼ ਹੋਣ ਇੰਨਾ ਸੋਹਣਾ ਮਹਾਰਾਜੇ ਨੇ ਜਵਾਬ ਦਿੱਤਾ ਬਾਬੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਹੱਥ ਜੋੜ ਕੇ ਖੜਾ ਰਿਹਾ ਅਤੇ ਮਹਾਰਾਜਾ ਉਸ ਨੂੰ ਫਤਿਹ ਬੁਲਾ ਕੇ ਉੱਥੋਂ ਚਲੇ ਗਏ ਇੰਨਾ ਚੰਗਾ ਦਿਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਸੋ ਬੱਚਿਓ ਅਸੀਂ ਦੇਖਿਆ ਕਿ ਮਹਾਰਾਜੇ ਵਿੱਚ ਕਿੰਨੀ ਨਿਮਰਤਾ ਸੀ ਕਿੰਨਾ ਲੋਕਾਂ ਦੀ ਸੇਵਾ ਕਰਨ ਦਾ ਚਾਹ ਸੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਕਿ ਕੋਈ ਬਜ਼ੁਰਗ ਆਪਣੇ ਆਪ ਨਹੀਂ ਲੈ ਕੇ ਜਾ ਸਕਦਾ ਛੋਟਾ ਬੱਚਾ ਉਹਨਾਂ ਦੇ ਨਾਲ ਸੀ ਤੇ ਮਹਾਰਾਜੇ ਨੇ ਆਪਣੇ ਆਪ ਨੂੰ ਬਾਬਾ ਜੀ ਦੀ ਸੇਵਾ ਵਿੱਚ ਪੇਸ਼ ਕੀਤਾ ਤੇ ਉਹਨਾਂ ਦੀ ਮਦਦ ਕੀਤੀ ਤੇ ਜਦੋਂ ਅਸੀਂ ਅੱਜਕੱਲ ਦੇ ਪੋਲਿਟਿਸ਼ੀਅਨਸ ਦੇਖਦੇ ਹਾਂ ਜਿਸ ਤਰ੍ਹਾਂ ਅੱਜਕੱਲ ਇੰਡੀਆ ਦੇ ਵਿੱਚ ਫਾਰਮਰਸ ਪ੍ਰੋਟੈਸਟ ਚੱਲ ਰਹੇ ਆ ਕਿਸਾਨਾਂ ਦਾ ਕਿੰਨਾ ਬੁਰਾ ਹਾਲ ਹੈ ਦਿਲ ਦੁਖ ਜਾਂਦਾ ਹੈ ਸੋਚ ਕੇ ਤੇ ਜੇਕਰ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਦਿਲ ਰੱਖਦਾ ਹੁੰਦਾ ਤਾਂ ਸਾਡੇ ਜਿਹੜੇ ਕਿਸਾਨਾਂ ਦਾ ਸਾਡੇ ਮਜ਼ਦੂਰਾਂ ਦਾ ਸਾਡੇ ਕਿਰਤੀਆਂ ਦਾ ਜਿਹੜੇ ਸਾਡੇ ਮਿਹਨਤ ਕਰਨ ਵਾਲੇ ਆ ਕਿਸਾਨ ਅੰਨ ਦਾਤੇ ਉਹਨਾਂ ਦਾ ਇੰਨਾ ਬੁਰਾ ਹਾਲ ਨਾ ਹੁੰਦਾ ਜੇ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਦਿਲ ਰੱਖਦਾ ਹੁੰਦਾ ਉਹਨਾਂ ਵਰਗੀ ਸੋਚ ਰੱਖਦਾ ਹੁੰਦਾ ਉਹਨਾਂ ਵਰਗਾ ਸੇਵਾਦਾਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਜੇ ਉਹਨਾਂ ਦੇ ਮਨ ਵਿੱਚ ਚਾਹ ਹੁੰਦਾ ਜਾਂ ਉਹ ਸੋਚਦੇ ਕਿ ਅਸੀਂ ਜੇ ਰਾਜੇ ਬਣੇ ਹਾਂ ਜੇ ਅਸੀਂ ਮੁੱਖ ਮੰਤਰੀ ਹਾਂ ਜੇ ਅਸੀਂ ਪ੍ਰਧਾਨ ਮੰਤਰੀ ਹਾਂ ਜੇ ਅਸੀਂ ਰਾਸ਼ਟਰਪਤੀ ਹਾਂ ਜੇ ਅਸੀਂ ਸਰਕਾਰ ਹਾਂ ਤੇ ਸਾਡਾ ਕੀ ਫਰਜ਼ ਹੈ ਸਾਡੇ ਲੋਕਾਂ ਲਈ ਸੋ ਕਿੰਨਾ ਸੋਹਣਾ ਸਬਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਸ ਪਾਠ ਦੇ ਵਿੱਚੋਂ ਸਾਨੂੰ ਮਿਲਿਆ ਹੈ ਕਿ ਜੇ ਸਾਡੇ ਕੋਲੇ ਅਧਾ ਹੈ ਸਟੇਟਸ ਹੈ ਤਾਂ ਅਸੀਂ ਜੇ ਲੋਕਾਂ ਦੇ ਕੰਮ ਆ ਸਕਦੇ ਹਾਂ ਤਾਂ ਸਾਨੂੰ ਆਉਣਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਐਵੇਂ ਨਹੀਂ ਕੋਈ ਸ਼ੇਰ-ਏ-ਪੰਜਾਬ ਕਹਿੰਦਾ ਐਵੇਂ ਨਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਕਿ ਜੇ ਕਿਉਂਕਿ ਉਹਨਾਂ ਦੇ ਰਾਜ ਵਿੱਚ ਸਾਰੇ ਸੁਖੀ ਸਨ ਹੈ ਨਾ ਸੋ ਮੈਨੂੰ ਇਹ ਪਾਠ ਪੜ੍ਹ ਕੇ ਬਹੁਤ ਚੰਗਾ ਲੱਗਿਆ ਤੇ ਮਾਣ ਮਹਿਸੂਸ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਸਿੱਖ ਮਹਾਰਾਜੇ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਲੋਕਾਂ ਨੂੰ ਕੀ ਖੁੱਲ ਸੀ ਹੈਨਾ ਸੋ ਇਹ ਇਨਾ ਪ੍ਰਸ਼ਨਾਂ ਦੇ ਠੀਕ ਉੱਤਰ ਤੁਸੀਂ ਚੁਣਨੇ ਹਨ ਕੀ ਖੁੱਲ ਸੀ ਕੀ ਲਿਬਰਟੀ ਸੀ ਕੀ ਫ੍ਰੀडम ਸੀ ਵਟ ਪੀਪਲ ਵਰ ਅਲਾਉਡ ਟੂ ਡੂ ਹੈਨਾ ਸੋ ਖਜ਼ਾਨੇ ਵਿੱਚੋਂ ਲੋਕਾਂ ਨੂੰ ਕੀ ਖੁੱਲ ਸੀ ਕਿ ਕੀਲ ਜਾ ਸਕਦੇ ਸੀ ਤੁਸੀਂ ਪਾਠ ਪੜ੍ਹਨਾ ਦੁਬਾਰਾ ਸੁਣਨਾ ਤੇ ਫਿਰ ਤੁਸੀਂ ਅਮ ਇਨਾ ਦੇ ਪ੍ਰਸ਼ਨਾਂ ਦੇ ਉੱਤਰ ਦੇਨੇ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਲੋਕਾਂ ਨੂੰ ਕਦੋਂ ਦਾਣੇ ਮੁਫਤ ਮਿਲਦੇ ਸਨ ਹੈਨਾ ਸੋ ਉਹਨਾਂ ਨੂੰ ਕਦੋਂ ਮੁਫਤ ਦਾਣੇ ਮਿਲਦੇ ਸੀ ਤੇ ਤੁਸੀਂ ਇੱਥੇ ਲਿਖਣਾ ਮਹਾਰਾਜਾ ਰਣਜੀਤ ਸਿੰਘ ਜੀ ਖਜ਼ਾਨੇ ਵਿੱਚ ਕਿਉਂ ਆਏ ਹੈਨਾ ਉਹਨਾਂ ਨੇ ਕੀ ਕਰਨਾ ਸੀ ਖਜ਼ਾਨੇ ਚ ਆ ਕੇ ਤੇ ਆਪਾਂ ਦੇਖਿਆ ਕਿ ਉਹ ਹਮੇਸ਼ਾ ਥੋੜਾ ਪੇਸ ਬਦਲ ਕੇ ਡਿਸਗਾਇਸ ਕਰਕੇ ਕਿ ਲੋਕੀ ਉਹਨਾਂ ਨੂੰ ਪਛਾਣ ਨਾ ਲੈਣ ਪਰ ਉਹ ਲੋਕਾਂ ਦੇ ਦੁੱਖਾਂ ਸੁੱਖਾਂ ਬਾਰੇ ਜਾਣਦੇ ਰਹਿੰਦੇ ਸਨ ਤਾਂ ਜੋ ਲੋਕਾਂ ਨੂੰ ਹੋਰ ਵਧੀਆ ਤਰ੍ਹਾਂ ਸਰਵ ਕਰ ਸਕਣ ਹੈ ਨਾ ਇੱਕ ਬਾਬਾ ਤੇ ਉਸ ਦਾ ਪੋਤਾ ਦਾਣਿਆਂ ਦੀ ਪੰਡ ਤੇ ਕਿਉਂ ਬੈਠੇ ਸਨ ਉਹਨਾਂ ਦਾ ਘਰ ਜਾਣ ਨੂੰ ਜੀ ਨਹੀਂ ਕਰਦਾ ਸੀ ਜਾਂ ਕੀ ਕਾਰਨ ਸੀ ਠੀਕ ਹੈ ਸੋ ਤੁਸੀਂ ਉਹ ਲਿਖਣਾ ਹੈ ਇੱਥੇ ਜਦ ਬਾਬੇ ਨੂੰ ਪਤਾ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਪੰਡ ਚੁੱਕੀ ਤਾਂ ਉਸ ਨੇ ਕਿਵੇਂ ਮਹਿਸੂਸ ਕੀਤਾ ਮਹਾਰਾਜਾ ਨੇ ਪਾਂਡ ਚੁੱਕ ਕੇ ਲੈ ਕੇ ਆਂਦੀ ਬਾਬਾ ਜੀ ਵਾਸਤੇ ਬਜ਼ੁਰਗ ਵਾਸਤੇ ਤਾਂ ਉਹਨਾਂ ਨੇ ਕਿਵੇਂ ਮਹਿਸੂਸ ਕੀਤਾ ਉਹਨਾਂ ਨੇ ਡਰ ਮਹਿਸੂਸ ਕੀਤਾ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਉਹਨਾਂ ਨੇ ਮਾਫੀ ਮੰਗੀ ਜਾਂ ਉਹਨਾਂ ਨੇ ਮਹਾਰਾਜ ਨੂੰ ਕੀ ਕਿਹਾ ਮਹਾਰਾਜ ਨੂੰ ਅਸੀਸਾਂ ਦਿੱਤੀਆਂ ਧੰਨਵਾਦ ਕੀਤਾ ਜਾਂ ਗੁੱਸਾ ਕੀਤਾ ਕੀ ਕੀਤਾ ਤੁਸੀਂ ਇਹ ਸਾਰੀਆਂ ਗੱਲਾਂ ਦਾ ਜਵਾਬ ਇੱਥੇ ਪਾਠ ਸੁਣ ਕੇ ਦੁਬਾਰਾ ਫਿਰ ਲਿਖਣਾ ਜਦ ਬਾਬੇ ਨੇ ਮਾਫੀ ਮੰਗੀ ਤਾਂ ਮਹਾਰਾਜ ਰਣਜੀਤ ਸਿੰਘ ਨੇ ਬਾਬੇ ਨੂੰ ਕੀ ਕਿਹਾ ਹੈਨਾ ਸੋ ਬਾਬਾ ਜੀ ਨੇ ਮਾਫੀ ਕਿਉਂ ਮੰਗੀ ਸੀ ਉਹਨਾਂ ਨੂੰ ਲੱਗਿਆ ਉਹਨਾਂ ਤੋਂ ਗਲਤੀ ਹੋ ਗਈ ਨਾ ਸੋ ਫਿਰ ਮਹਾਰਾਜੇ ਨੇ ਕੀ ਜਵਾਬ ਦਿੱਤਾ ਤੁਸੀਂ ਬਹੁਤ ਸੋਹਣਾ ਜਵਾਬ ਆ ਮਹਾਰਾਜੇ ਦਾ ਸਾਡੇ ਦਿਲ ਨੂੰ ਛੂੰਹਦਾ ਹੈ ਸਾਡੇ ਦਿਲ ਨੂੰ ਟੱਚ ਕਰਦਾ ਹੈ ਮਹਾਰਾਜੇ ਦੀ ਨੀ ਪਿਆਰੀ ਸੋਚ ਤੇ ਇੰਨਾ ਚੰਗਾ ਮਹਾਰਾਜਾ ਇੰਨਾ ਲੋਕਾਂ ਦੀ ਸੇਵਾ ਕਰਨ ਵਾਲਾ ਮਹਾਰਾਜਾ ਸੋ ਸਾਡੇ ਦਿਲ ਨੂੰ ਉਹ ਜਵਾਬ ਛੂੰਹਦਾ ਹੈ ਤੁਸੀਂ ਉਹ ਲਿਖਣਾ ਹੈ ਤੇ महाराजा रणजीत सिंह ने बाे की मदद की थी। तुसी देख दे हो कि किसे किसी समान चुकने मदद चाहिए है तुसी कि में मदद करोगे की कहोगे की करोगे तुसी तो वॉक अवे कर जाओगे या कि तीन कुछ कहोगे कि किमें उन्हों की मदद कर सकते हो ठीक है सो so तुसी इस प्रश्न का जवाब लिखना तुसी कि तुम कि करोगे तो की कहोगे हां जी ਸੁਸਾਦਾ ਜਿਹੜਾ ਪਿਛਲਾ ਪਾਰਟ ਸੀਗਾ ਉਹ ਉੱਥੋਂ ਤੱਕ ਹੀ ਸੀ ਅੱਗੇ ਜਿਹੜੇ ਹੈ ਤੁਸੀਂ ਤੁਹਾਡੇ ਵਾਸਤੇ ਜਿਹੜੇ ਜਰਨਲ ਤੁਸੀਂ ਲਿਖਦੇ ਹੋ ਉਹ ਪੇਜ 8 ਤੇ ਤੁਹਾਡੇ ਵਾਸਤੇ ਟਾਪਿਕਸ ਹਨ ਉਹਨਾਂ ਵਿੱਚੋਂ ਇੱਕ ਟਾਪਿਕ ਚੁਣ ਕੇ ਤੁਸੀਂ ਇੱਥੇ ਕੁਝ ਲਾਈਨਾਂ ਦੇ ਵਿੱਚ ਜਰਨਲ ਲਿਖੋਗੇ ਤੇ ਇੱਥੇ ਵੀ ਤੁਸੀਂ ਲਿਖੋਗੇ ਜਰਨਲ ਨੰਬਰ 9 ਨੰਬਰ 10 ਹੈ ਨਾ 8 9 10 ਇਹ ਤੁਸੀਂ ਜਰਨਲ ਸਿੱਥੇ ਲਿਖਨੇ ਹੈ ਲਿਖਨੇ ਹਨ ਫਿਰ ਇੱਥੇ ਜਿਹੜਾ ਹੈਗਾ ਐਂਡ ਆਫ ਦਾ ਈਅਰ ਰਿਫਲੈਕਸ਼ਨ ਤੁਹਾਡਾ ਕਿ ਰਾਈਟ ਐਨ ਏਸ ਔਨ ਵਟ ਯੂ ਲਰਨ ਇਨ ਥਿਸ ਬੁੱਕ ਥਿਸ ਈਅਰ ਯੂ ਮੇ ਰਾਈਟ ਇਨ ਇੰਗਲਿਸ਼ ਔਰ ਪੰਜਾਬੀ ਕਿਉਂਕਿ ਜੋ ਤੁਸੀਂ ਮਹਿਸੂਸ ਕੀਤਾ ਹੈ ਕਿਤਾਬ ਪੜ੍ਹਦਿਆਂ ਇਸ ਕਿਤਾਬ ਚੋਂ ਤੁਸੀਂ ਕੀ ਸਿੱਖਿਆ ਜੇ ਤੁਸੀਂ ਪੰਜਾਬੀ ਚ ਲਿਖ ਸਕਦੇ ਤਾਂ ਬਹੁਤ ਹੀ ਅੱਛੀ ਗੱਲ ਹੈ ਜੇ ਤੁਸੀਂ ਪੰਜਾਬੀ ਚ ਨਹੀਂ ਲਿਖ ਸਕਦੇ ਪਰ ਤੁਹਾਡੇ ਮਨ ਵਿੱਚ ਬਹੁਤ ਗੱਲਾਂ ਹਨ ਲਿਖਣ ਵਾਸਤੇ ਤੁਹਾਨੂੰ ਇੰਗਲਿਸ਼ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਐਕਸਪਰੈਸ ਕਰਨਾ ਤਾਂ ਜੋ ਸਾਨੂੰ ਪਤਾ ਲੱਗੇ ਕਿ ਤੁਸੀਂ ਇੰਨਾ ਕਿਤਾਬਾਂ ਵਿੱਚੋਂ ਕੀ ਸਿੱਖਦੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਠੀਕ ਹੈ ਜੀ ਸਾਡਾ ਅੱਜ ਦਾ ਪਾਠ ਇੰਨਾ ਹੀ ਸੀ ਅਗਲੇ ਪਾਠ ਦੇ ਨਾਲ ਫਿਰ ਮਿਲਾਂਗੇ ਹੁਣ ਅਸੀਂ ਪਾਠ ਇੱਥੇ ਹੀ ਖਤਮ ਕਰਦੇ ਹਾਂ ਅਤੇ ਫਤਿਹ ਬੁਲਾਉਂਦੇ ਹਾਂ ਤੁਸੀਂ ਪੰਜਾਬੀ ਸਿੱਖਦੇ ਰਹਿਣਾ ਪੰਜਾਬੀ ਪੜ੍ਹਦੇ ਰਹਿਣਾ ਤੇ ਪੰਜਾਬੀ ਵਿੱਚ ਬਹੁਤ ਵਧੀਆ ਹੋ ਜਾਣਾ ਤੁਸੀਂ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ